सपने से नासना सामने खलो के तू जिस गलियों लंघना सौदाई को जया दिल लेना के दिल मगना वे सौदाई को जया वे सोने दिया कंगना शुक्रिया के तू तो गाना गांदे गांदे विच्चू बेसुरी हो जानी है। चल नी जट्टी तू गाना गा। हाँ अम्मा जट्टी बेसुरी नहीं होंदी, जिवें इंदी खुराक आला है उवें ये सुर विच भी आला है। अगर ओ चंगा खांदी है तो उहदे गले च दम ही तां है। मरे पोरिया खांदी पींदी नूं टोकदा रहा कर, ताइयों तां मेरा गला बह गया है। चुप कर नी मरे, तू गाना सुना। चल अंतरा शुरू कर ले, शर्मांदी क्यों पई। तू मेरे मेरे ढोलना बन गए हो तकदीर वे, मैं हुन बन जाना तेरी तस्वीर वे, तेरे प्यार च तन मन रंगना सौदा इक्को जिहा, दिल लैना ते दिल मंगना वे सौदा इक्को जिहा, वे सोने दे कंजरा। चल ठीक है, मैं भी वेखा की बसुरी आवाज ने किन्नी की देर तू तौर में ले आंदा है। किसी ने तेन सैर नहीं गए तौर में। चुप कर तू बदवा देंदी रही है। बाजार तू मैनू अंब लाए दे, तू मैनू अंब लाए दे। ओ मरे पोरिया बसुरिया शाला मरे, तू करना चुगला बार कर ले, मैं गाना बंद कर दिता ही। बे बेगरते यार बेसुरी बला, ए गाना इंज नहीं है, तेनू मैं सुनैनी हां। तो तू सुना चा, तू सुना चा। तेनू जी नहीं गावन आंदा तो तू ना गाया कर, बेसुरे राग लाई रखना। मांगू मैनू अंब लाए दे, अंब लाए दे, आया रल्ले बाजार वे सोनू मैनू अंब लाए दे। पुत्र तेरा ते रज के बसुरा कन ही साड़ देंदा साडे ते जदों गाना शुरू कर दे। हाँ तेरे कन सड़ गए, चुप करके बहुत तेरा विराह है गए, उन्हें तो सड़ती रहनी है। इन्हू की तमीज है की है। अम्मा गल इन्हें बिल्कुल सही की थी, पते दी ये गौर करने वाली गल है। मैनू सीधी तरह दस मेरा प्यो कौन है, ये अगर मेरा प्यो मरासी होंदा तो मैं सोहरे च होंदा, मैं बेसुरा हाँ तो इहदा मतलब है कि मेरा प्यो कोई होर है। सुहानी तेरी ओ है, मैं तेरी भैन है, तू मरे भी मेरी इज्जत करिया कर, मेरे नाल प्यार रखिया कर। मेरी भैन है तू, मेरी मुर्शिद नहीं कि मैं तेरे नाल तेरा अदब कीता करा। ओ चुप कर, तुसी दोवें भैन भरा एक दूजे तो वाधू ने, तू भी कोई तमीज वाले की। चल पता चल के वाट के लाया, जबान एडी है।
ਤੇ ਮੈਂ ਇਹਦੀ ਜ਼ਬਾਨ ਕਿਸੇ ਦਿਨ ਸੁੱਤੀ ਪਈ ਦੀ ਕੈਂਚੀ ਨਾਲ ਵੱਢ ਤੂੰ ਜਾ ਵੀ ਤੂੰ ਬਸੂਰਾ ਬਸੂਰਾ ਆ ਆ ਆ ਚਲੋ ਚਲੋ ਉਹ ਖੋਤੇ ਦੇ ਦੰਦਾਂ ਵਾਲਿਆ ਤੂੰ ਕਿਤੇ ਨਾਲ ਨਾਲ ਚੱਲੇ ਆ ਮੈਂ ਵੀ ਸਾਜੀ ਤੁਹਾਡੇ ਨਾਲ ਜਾ ਰਿਹਾ ਪੱਠੇ ਵਾਲ ਓਏ ਬੇਵਕੂਫਾ ਉੱਥੇ ਕੋਈ ਪੱਠੇ ਵੜਨੇ ਨਾ ਆਪਾਂ ਸਾਰੇ ਟੱਬਰ ਟੁਰ ਪਏ ਅਸੀਂ ਜਾ ਕੇ ਮੰਗਣੇ ਨੇ ਕਿਧਰੋਂ ਵੱਡੇ ਵਡਾਏ ਲੱਭ ਜਾਣੇ ਦਾ ਚਾਕ ਲੈ ਕੇ ਆ ਜਾਣੇ ਤੂੰ ਇੱਥੇ ਘਰ ਰਹਿ ਕੋਈ ਪ੍ਰੋਗਰਾਮ ਆ ਸਕਦਾ ਹੈ ਕੋਈ ਗਾਹਕ ਆ ਸਕਦਾ ਹੈ ਦੌਰਮੇ ਆ ਸਕਦੇ ਨੇ ਠੀਕ ਹੈ ਸਾਜੀ ਜੀ ਮੈਂ ਤੁਸੀਂ ਮੈਨੂੰ ਆਖੋ ਮੈਂ ਉਵੇਂ ਕਰਨ ਨੂੰ ਤਿਆਰ ਹਾਂ ਨਾਲੇ ਇੰਜ ਕਰ ਜਰਾ ਪਿੰਡ ਦੇ ਵਿੱਚ ਚੱਕਰ ਲਾ ਕੇ ਆ ਕੁਛੇ ਤਮੰਦ ਦੀ ਮਰੂਗਾ ਕਿਸੇ ਦਾ ਫੜ ਕੇ ਲਿਆ ਸੁਰੀਲੀ ਦੀ ਹਾਂਡੀ ਬਣਾ ਦੇ ਉਹ ਸਾਜ ਜੀ ਅੱਗੇ ਮੈਂ ਚਾਰ ਪੰਜ ਕੁੱਕੜ ਫੱਦਣ ਜੀ ਮੈਂ ਫਦੀ ਗਿਆ ਨਾ ਕੁੱਕੜ ਫਦੇ ਦਿਆਂ ਤੂੰ ਨਾ ਮੈਨੂੰ ਵੀ ਖੱਲੇ ਮਾਰਨੇ ਨਾਲ ਤੈਨੂੰ ਵੀ ਮਾਰਨੇ ਉਹ ਜ਼ਲੀਲ ਦੇ ਬੱਚੇ ਆ ਪਰ ਤੂੰ ਇਹਤਿਆਤ ਨਾਲ ਫੜ ਲਵੀਂ ਸ਼ਾਮ ਨੂੰ ਹਨੇਰੇ ਹੋਏ ਜੇ ਅਗਰ ਕੁੱਕੜ ਨਹੀਂ ਫੜ ਸਕਣਾ ਤਾਂ ਰਾਤ ਦਾ ਸਾਲਣ ਪਿਆ ਸ਼ੋਰਾ ਉਸ ਸ਼ੋਰੇ ਦੇ ਵਿੱਚ ਦੋ ਸਾਵੀਆਂ ਮਰਚਾਂ ਸੱਟ ਤੇ ਉਹਨੂੰ ਤੁੜਕ ਕੇ ਸੋਹਣਾ ਕਰਕੇ ਬਣਾ ਕੇ ਰੱਖੀ ਅਸੀਂ ਹੁਣੇ ਆਏ ਪੱਠੇ ਲੈ ਕੇ ਜਲਦੀ ਕਰੀ ਠੀਕ ਹੈ ਸਾਜੀ ਜਾਓ ਤੁਸੀਂ ਚਲਾ ਭੁੱਖ ਬੜੀ ਲੱਗ ਜਾਣੀ ਹੈ ਤੈਨੂੰ ਤਾਂ ਭੁੱਖ ਹੋਣੇ ਲੱਗੀ ਖੋਤੀ ਹਾਲੀ ਘਰੋਂ ਨਿਕਲੇ ਨਹੀਂ ਆ ਤੈਨੂੰ ਖਾਣ ਤੋਂ ਬਾਅਦ ਅੱਧੇ ਘੰਟੇ ਬਾਅਦ ਤੇਰੀ ਭੁੱਖ ਲੱਗਦੀ ਪਈ ਆਪਣੇ ਡੰਡੇ ਦੇ ਚਾਲੇ ਓਏ ਚੁੱਪ ਕਰੋ ਕੀ ਤੁਸੀਂ ਪੂਰੇ ਮੱਲਿਆਂ ਨੂੰ ਸਿਰ ਤੇ ਚੱਕ ਲੈਂਦੇ ਜੇ ਚੁੱਪ ਕਰਕੇ ਅਗਾ ਟੁਰੋ ਉੰਜ ਪੜੇ ਮੇਰੇ ਹੱਥ ਦੇ ਕਰੇਲਾ ਕੀਮਾ ਖਾਂਦਾ ਹੈ ਕਰੇਲੇ ਕੀਮਾ ਖਾਂਦਾ ਬਿਸਮਿਲਾ ਕਰਾ ਚੌਧਰੀ ਸਾਹਿਬ ਆਇਆ ਬੈਠੋ ਮੈਂ ਪੀੜੀ ਤੇ ਬਹਿ ਜਾਂਦੀ ਹਾਂ ਸਾਬਰਾ ਉੱਥੇ ਕਿਉਂ ਬੰਦੀ ਪਈ ਹੈ ਇੱਥੇ ਮੰਜੀ ਤੇ ਬਹਿ ਜਾ ਨਹੀਂ ਚੌਧਰੀ ਸਾਹਿਬ ਤੁਸੀਂ ਮੰਜੀ ਤੇ ਬਵੋ ਮੈਂ ਪੀੜੀ ਤੇ ਸੋਹਣੀ ਲੱਗਦੀ ਪਈ ਹਾਂ ਅੱਛਾ ਸੁਣਾਓ ਕਿਵੇਂ ਤਬੀਅਤ ਠੀਕ ਹੈ ਤਬੀਅਤ ਮੇਰੀ ਠੀਕ ਹੈ ਤੇ ਮੇਰਾ ਪੁੱਤਰ ਰਮਜ਼ੀ ਦਾ ਕੀ ਹਾਲ ਹੈ ਜਿਹੜਾ ਤੇਰਾ ਪੁੱਤ ਨਾ ਰਮਜ਼ੀ ਉਹ ਰਾਜ ਕੇ ਬੇਸੁਰਾ ਹੈ ਰਾਜ ਕੇ ਬੇਸੁਰਾ ਕੋਈ ਗੱਲ ਨਹੀਂ ਹੋਰ ਸੁਣਾ ਘਰ ਦੇ ਹਾਲਾਤ ਠੀਕ ਨੇ ਹਾਂਜੀ ਠੀਕ ਠਾਕ ਸ਼ੁਕਰ ਹੈ ਅੱਲਾ ਪਾਕ ਅੰਮਾ ਉਹ ਰਾਜ ਕੇ ਬੇਸੁਰਾ ਹੈ ਤੇ ਤੂੰ ਉਹਨੂੰ ਸੋਹਰੇ ਕਰ ਲਾ ਹਾਂ ਇਹ ਤਾਂ ਘਰ ਦੀ ਖੇਤੀ ਹੈ ਜਿਵੇਂ ਮਰਜ਼ੀ ਸਮਝਾ ਲਓ ਕੌਣ ਸਮਝਾ ਲੈ ਸੋਨਾ ਕਾ ਕੋ ਖਰਚਾ ਖੁਰਚਾ ਰੱਖ ਲਾ ਬਿਸਮਿਲਲਾ 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 ਕੋਈ ਹੋਰ ਮੇਰੇ ਲੈਕ ਹੋਵੇ ਨਾ ਤੇ ਮੈਨੂੰ ਦੱਸਣਾ ਹੈ ਟੈਨਸ਼ਨ ਨਹੀਂ ਲੈਣੀ ਹੋਰ ਤੇਰੇ ਲੈਕ ਵੀ ਹੈ ਦੀ ਨੂੰ ਪਰਨਾਵਾ ਤੋਂ ਦਾ ਸਮਾਨ ਲਵਣਾ ਹੈ ਓਹੋ ਉਹ ਕਮਲੀ ਟੈਨਸ਼ਨ ਨਾ ਲੈ ਤੂੰ ਕੁੜੀ ਦੇ ਦਿਨ ਰੱਖ ਜਿੰਨਾ ਤੈਨੂੰ ਸਮਾਨ ਚਾਹੀਦਾ ਹੋਵੇ ਉਹ ਮੈਂ ਗਲਾ ਦੇਸਾਂ ਅੱਲਾ ਪਾਕ ਤੇਰੀ ਖੈਰ ਕਰੇ ਤੇ ਅੱਲਾ ਤੇਰੀ ਜ਼ਿੰਦਗੀ ਕਰੇ ਠੀਕ ਹੋ ਗਿਆ ਆ ਜਾਂਦੇ ਨੇ ਕੁੜੀ ਦਾ ਆਪਾਂ ਦਿਨ ਰੱਖ ਲੈਂਦੇ ਆ ਚਲੋ ਠੀਕ ਹੈ ਅਸੀਂ ਚੱਲਦੇ ਆ ਤੇ ਦਿਨ ਐਡੇ ਮੈਂ ਕੋਈ ਨਹੀਂ ਰੱਖਣੇ ਐ ਥੋੜੇ ਜਿਹੇ ਰੱਖਣੇ ਦਿਨ ਜੇ ਤੋ ਤੇ ਮਰਜ਼ੀ ਰੱਖ ਲੈ ਹਾਂ ਕੋਈ ਗੱਲ 2000 ਰੁਪਏ ਦੇ ਗਿਆ ਚੰਦਰੀ ਅੱਲਾ ਦਾ ਭਲਾ ਕਰੇ ਤੇ ਅੱਲਾ ਨੂੰ ਜ਼ਿਆਦਾ ਦੇ ਯਾਨੀ ਕਿ ਚੌਧਰੀ ਫਲਕ ਸ਼ੇਰ ਰਮਜ਼ੀ ਦਾ ਪਿਓ ਵੇ ਹੁਣ ਮੈਨੂੰ ਪਤਾ ਲੱਗ ਗਿਆ ਜਾ ਕੇ ਮਾਦ ਉਸਤਾਦ ਨੂੰ ਦੱਸੇਨਾ ਮੇਰਾ ਪਿਓ ਮਰੇ ਹੋਏ ਨੂੰ 30 ਸਾਲ ਹੋ ਗਏ ਨੇ ਤੈਨੂੰ ਕਿਦੋਂ ਲੱਭ ਗਿਆ ਬੂਤਰਾ ਕੋਈ ਗੱਲ ਸੋਚ ਸਮਝ ਕੇ ਕਰ ਤੇਰੀ ਵੀ ਮਾਵਾ ਜਿੱਡੀ ਹੈਗੀ ਜਿੰਨ ਤੋਂ ਬਦਨਾਮੀ ਲਾਂਦਾ ਪਿਆ ਹੈ ਇਹ ਚਵਲ ਜਿਹਾ ਨੇ ਸ਼ਗਿਰਦ ਰੱਖਿਆ ਹੋਇਆ ਭਰਾ ਮੇਰੇ ਨੇ ਇਹਦੇ ਦੋ ਮੂੰਹ ਤੇ ਠੋਕ ਤੇਰੀ ਮਾਂ ਦਾ ਬਦਨਾਮੀ ਲਾਂਦਾ ਪਿਆ ਮੇਰੀ ਭੈਣ ਮੈਂ ਬਦਨਾਮੀ ਨਹੀਂ ਲਾ ਰਿਹਾ ਮੈਨੂੰ ਹੇਕ ਤਾਂ ਦੱਸੋ ਤੁਸੀਂ ਸਾਰੇ ਸੁਰੀਲੇ ਹੋ ਤੇ ਇਹ ਕਿਉਂ ਬੇਸੂਰਾ ਹੈ ਹਾਂ ਮੈਂ ਹੀ ਸੋਚਾਂ ਕਿ ਮੇਰਾ ਪਿਓ ਕੌਣ ਹੈ ਤੇ ਮੈਂ ਅੰਮਾ ਕੋਲ ਸੁਬਾ ਪੁੱਛਿਆ ਵੀ ਇਹ ਮੈਂ ਐਡਾ ਬੇਸੂਰਾ ਕਿਉਂ ਆ ਲੈ ਤੇਰਾ ਪਿਓ ਕੌਣ ਹੋ ਸਕਦਾ ਜਿਹੜਾ ਤੇਰਾ ਪਿਓ ਹੋਏ ਉਹ ਹੀ ਮੇਰਾ ਪਿਓ ਹੋਏਗਾ ਸਹੀ ਗੱਲ ਰਮਜੀ ਤੂੰ ਉਂਝ ਨਲਾਇਕ ਹੈਗਾ ਤੇਰੀ ਤਾਂ ਹੀ ਆਵਾਜ਼ ਠੀਕ ਹੈਗੀ ਇਹਦੇ ਤੇਰੀ ਮਾਂ ਦਾ ਕੋਈ ਕਸੂਰ ਨਹੀਂ ਨਾ 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 ਤੁਹਾਡਾ ਪਿਓ ਹੋਰ ਹੈ ਰਮਜੀ ਦਾ ਪਿਓ ਹੋਰ ਹੈ ਚੌਧਰੀ ਫਲਕ ਸ਼ੇਰ ਆਇਆ ਬੈਠਾ ਹੀ ਘਰ ਤੇ ਉਹ ਮਾਈ ਸਾਬਰਨ ਵਾਂ ਦਾ ਬੈਠਾ ਹੀ ਮੇਰੇ ਪੁੱਤ ਰਮਜੀ ਦੇ ਸੁਣਾ ਠੀਕ ਰਹਿੰਦਾ ਤੇ ਉਸ 2000 ਰੁਪਇਆ ਕੱਢਿਆ ਮਾਈ ਸਾਬਰ ਦੀ ਤਲੀ ਤੇ ਰੱਖਿਆ ਉਹ ਚੁੱਪ ਕਰਕੇ ਪੱਲੇ ਬਾਲ ਲਿਆ ਮੂੰਹ ਬੰਦ ਰੱਖ ਨੇ ਤੇ ਤੇਰੇ ਦੰਦ ਸਾਰੇ ਬਾਹਰ ਕੱਢ ਦੇ ਉਹਨ ਦੀ ਗੱਲ ਤੇ ਗੌਰ ਤੇ ਕਰੋ ਮੈਂ ਅੱਗੇ ਆਖਾਂ ਮੈਨੂੰ ਜਦੋਂ ਹੀ ਫਲਕ ਸ਼ੇਰ ਟਕਰਦਾ ਮੇਰੇ ਸਿਰ ਤੇ ਹੱਥ ਫੇਰਦਾ ਮੇਰਾ ਮੱਥਾ ਚੁੰਮਦਾ ਇੰਨਾ ਮੇਰੇ ਨਾਲ ਪਿਆਰ ਕਰਦਾ ਕਿਉਂ ਕਰਦਾ ਜੇ ਉਹ ਤੇਰਾ ਪਿਓ ਹੋਵੇ ਤਾਂ ਤੇਰੇ ਨਾਲ ਪਿਆਰ ਕਰੇਂਦਾ ਨਾ ਤੇ ਅੱਲਾ ਦੇ ਬੰਦਿਆ ਮੁੜੇ ਇੱਥੇ ਕਿਉਂ ਖੜੋਤੇ ਨੇ ਮੇਰੇ ਪਿਓ ਕੋਲ ਚੱਲੋ ਚੱਲ ਮੈਂ ਤੁਹਾਨੂੰ ਲਈ ਜਾਂਦਾ ਚੌਧਰੀ ਫਲਕ ਸ਼ੇਰ ਦੇ ਕੋਲ ਉਹਦੇ ਬੂਹੇ ਤੇ ਚੱਲ ਕੇ ਬਵਾਂਗੇ
मेरा पियो कौन है ए मैनू दस। तेरा पियो लाल खां मेरा सी होर कौन है। हुन यकीन भरावा आ गए ए शगिर्द दीआं गल्लां दे पिछे लग के ते तू इत्थे आ गए ते पट्ठे भी नहीं चुके असी। ए गल की है विचली गल ते मैनू दसो। अम्मा एक गल मैनू सीधी सीधी आज दस दे और सच्ची सच्ची दस दे। पुछ के मेरा पियो कौन है। लाल खां मेरा पियो नहीं है। तेरा पियो लाल खां नहीं है ते मर तू दस दे। मेरे को पुछ मेरा पियो कौन है। मेरा पियो चौधरी फलक शेर है। हाँ बिल्कुल है ही वो। हाँ तोबा 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 अल्लाह माफ करे। वे काका चौधरी फलक शेर का नाम ना लाए वो तुम जिंदू मार देसी। जी तेरे को बवे तो मोर ठीक है जे सी ओदी गल कर दी ते सानु जिंदू मार देसी एवें ना। चुप करके खड़ो वे छोर गणी लूती ने लात तेनू कह आख्या चौधरी फलक शेर दा पियो। मैं आप दे कन्नी सुने अक्खी वेख्या इत्थे नहीं आंदा बैठा तैनू। मेरे पुत्र रमजी दे सुना गुतु पिया नहीं ठीक रहंदा है। हां अम्मा हां दूई गल सुन ला उस आख्या तू जट्टी दी शादी कर ते सारा समान मैं देसा। मैनू पुत्र समझदा है जट्टी नू आदी दी समझदा है ते जे पियो नहीं ते होर की है। इनू पियो आखदे ने जेड़ा औलाद नू औलाद समझे। लख लाने ते काले मुंह वालिया तू इन्ने मगर लगा खड़ोता जेड़ा चौधरी फलक शेर है ना ओ तुहाडी बहन बिरावां दी वैसे कदर करदा है। उस मैनू आख्या है तू दी दी शादी करनी है ना ते मैं तेनू समान चवा देसा। ते मैं आख्या ठीक है चौधरी साहब। अम्मा तेरा आखण दा मतलब हैगा कि ओ साडे ते रब तरसी करदा हैगा। होर मैंने निकाह की बैठा है ओ शायद रब तरसी करता है बेचारे गरीब है मेरा समांग पहन के खाते हैं इन्हें कुछ है कोई नहीं तो ता कर को सा के मैं दी तेरे समान चवा देसा। मैं कहा चल ठीक है। ओ नहीं अम्मा मैं तेरी इस गल नू कोई नहीं मनना। मैं इस गल दी सच नोच करसा और पक्क करसा। पहले पक्की गल मैनू पता लगे ता मैं इस गल नू मनना है। हुण ता मुंह च सच निकलन लग गया है। निकाह है मेरा निकाह निकाह तेरा है ओंदे नाल। चौधरी फलक शहर ने मेरा निकाह है ना ते मन मां नू हत्थी ओंदे नाल टोर दे बेगैरत नू हुंदा ता कंजर। ਸਿੱਧੀ ਗੱਲ ਕਰਨੇ ਆ ਤਾਂ ਮਸਾਲਾ ਲੱਗ ਜਾਂਦਾ ਹਰ ਕਿਸੇ ਨੂੰ। ਰਮਜ਼ੀ ਫਿਰ ਇੱਥੇ ਖਲੋ ਕੇ ਕਿਉਂ ਦਿਮਾਗ ਖਾਦੀ ਜਾਣਾ ਜਾ ਕੇ ਪਤਾ ਸੁਰ ਕਰੀਏ ਕਿ ਗੱਲ ਸੱਚੀ ਕਿ ਕੂੜੀ ਏ। ਸੁਖਦੀ ਜੇ ਅਗਰ ਗੱਲ ਸੱਚੀ ਹੋਈ ਤਾਂ ਮੋੜ ਮੋੜ ਕੀ ਏ ਅਸੀਂ ਆਪਾਂ ਵੀਰ ਹੋਏ ਸੈਂ। ਹੈ ਤੂੰ ਵੀ ਚੌਧਰਾਣੀ ਸਦਾ ਸੀ ਚੌਧਰਾਣੀ ਮੈਂ ਵੀ ਚੌਧਰੀ ਖਾਨ ਰਮੀਜ਼ ਖਾਨ। लेकिन ਆਪਾਂ ਵੀ ਚੌਧਰੀਆਂ ਆਪਾਂ ਵੀ ਆਏ ਹੁਣ ਘਰ ਨੂੰ ਕੋਈ ਬਦਲ ਬੁਦਲ ਲਈਏ ਕੋਈ ਮਕਾਨ ਚਕਾਨ ਨਵੇਂ ਬਣਾ ਲਈਏ। ਪੁੱਤਰ ਖਿਦਮਤ ਇੱਕ ਅਲੱਗ ਕਰਨੀ ਚਾਹੀਦੀ ਹੈ ਉਹ ਜਿਹੜੀ ਮੈਂ ਕਰਦਾ ਫਿਰਨਾ ਅਤੇ ਬਾਕੀ ਰਹਿ ਕੇ ਗੱਲ ਘਰ ਦੀ ਇੱਥੇ ਮੇਰੇ ਮਾਂ ਪਿਓ ਦੀਆਂ ਯਾਦਾਂ ਹਨ। ਮੇਰੇ ਮਾਂ ਪਿਓ ਨੇ ਇੱਥੇ ਜ਼ਿੰਦਗੀ ਗੁਜ਼ਾਰੀ ਹੈ। ਜਦੋਂ ਤੱਕ ਮੈਂ ਜ਼ਿੰਦਾ ਮੈਂ ਇਹ ਘਰ ਨਹੀਂ ਛੱਡਣਾ। ਜਦੋਂ ਮੈਂ ਮਰ ਜਾਵਾਂ ਤਾਂ ਮੇਰੇ ਪੁੱਤਰ ਭਾਵੇਂ ਕੋਠੀ ਪਾ ਲਵੇਂ। ਅੱਬਾ ਤੇਰੀ ਵੀ ਗੱਲ ਬਜਾ ਹੈ। ਚਲੋ ਹੁਣ ਤੇਰੀ ਤਾਂ ਨਿਭ ਗਈ। ਬਾਹਰ ਲੋਕੀ ਮੈਨੂੰ ਗੱਲਾਂ ਕਰਦੇ ਨੇ ਬਈ ਤੂੰ ਚੌਧਰੀਆਂ ਦਾ ਪੁੱਤਰ ਹੈ ਤੇ ਤੁਹਾਡਾ ਘਰ ਕੀ ਹੋ ਗਿਆ। ਪੁੱਤਰ ਕੁੱਤੇ ਦਾ ਕੰਮ ਹੁੰਦਾ ਭੌਂਕਣਾ ਤੇ ਬੰਦੇ ਦਾ ਕੰਮ ਹੁੰਦਾ ਸਬਰ ਕਰਨਾ। ਉਹਨਾਂ ਨੇ ਭੌਂਕਣ ਦਿੱਤਾ ਕਰ ਤੂੰ ਚੁੱਪ ਕਰਕੇ ਲੱਗ ਗਿਆ ਕਰ। ਚੌਧਰੀ ਸਾਹਿਬ ਗੱਲ ਇਹ ਕਿ ਲਾਲ ਜਿਹੜੇ ਆਉਂਦੇ ਨਾ ਉਹ ਜੁੜੀਆਂ ਨਹੀਂ ਤੇ ਆਪ ਚੰਦਨ ਦੀ ਲਾਲ ਹੈ। ਤੁਸੀਂ ਚੌਧਰੀ ਨੇ ਤੁਸੀਂ ਕੱਚਿਆ ਮਕਾਨਾ ਜੀ ਚੌਧਰੀ ਨੇ ਆਰਮ ਜੀ ਕਿਦੇ अब्बा हजूर। वालेकुम सलाम। अब्बा तू अब्बा कदों दबान गया।
चौधरी फलक शेर साहब मैं रिश्ते तेरा पुत्र लगना तो तेन अब्बा सदा पिया नहीं तो एवं कौन सदा ही अब्बा ओ पुत्र ओ तुहाडी कौम दी ना मजाक करन दी आदत ना ही गई अब्बा सच्ची ना दा प्यो वे मेरा तो होर बिरा ही कोई नहीं ओ लंतिया मजाक करदा पे समझ कुछ की हो जे मजाक हुंदा है चौधरी साहब मजाक नहीं कर रहा हकीकत बयान कर रहा हकीकत जेड़ी है ए सारे दे सामने एक ना एक दे आवणी आवणी है ते मैं हुणे ही सामने ले आ के ते आधा हिस्सा लवण आया बेवकूफ तरीन इंसान है जेड़ा अपने आप तू मेनू प्यो बनाई खला मैं दुनिया दा अकलमंद तरीन इंसान हां जेड़ा आदे प्यो तू गाफिल नहीं हां हां चाचा फलक शेर अस तेरीयां गल्लां च कोई नहीं आना ए गल हकीकत है तू मेरे आदे मुंह नाल मान जा हां जी ओ खान साहब ए गाडा देओ किने दान गया तुसी निराशी ए चौधरी क्यों है जे तू होवे निराशी ते तेरी मां नाल चौधरी निकाह कर लेवे ते मोर तू की बन जासे मैं की दनसा दुरागा हां जिवे मैं दुरागा बणया खोता ना चौधरीयां ते ना मिरासीयां चाचा फलक शेरा ना दा टाइम जाया कर ते ना साडा कर तू हुण सानू हिस्सा दे साडा सी जाईया दे करे तोडे हिस्से च ना सिर्फ लित्तर हुंदे ने जेड़े मैं तन्नू मार देने ने हुण मेरी गल सुन कोई 150 लेना ही तो लेके ते दफा हो जा ते मेनू गंदे ना कर ए मेरे प्यो दी विरासत ते कब्जा ना कर ए मेरे प्यो दी जायदाद मेरी है ते बस मेरी है एवें तेरी है ए सारी जायदाद तेरी नहीं है मैं बराबर दा हिस्सेदार खड़ोता रमजी गल ते गौर कर फलक शेर जेड़ा 150 दलालच दित्ती खड़ोता ना दलालच कुछ काला है आधा पंजा रखदा पे है हां वाह बड़ी अकल दा ना है तू हां जल्दी नाल हिस्सा ले ओ मेरा हिस्सा मेनू कट दे फलक शेरा ओ चौधरी फलक शेर उन गुटींदा क्यों खला है माई साबरन तो पैसे बड़े देना उन पोत्र नु दे हिस्सा जमीन चो हां हां दे हिस्सा मेरा हिस्सा बनदा ओ बेवकूफा मैं रब तरसी करना तेनु किन्नी बारी समझाया गरीब समझ के तुम्हारी हेल्प करना ते मैं तेरी मां नु कुछ आरने दे देना ना इदा मतलब ए नहीं कि मैं निकाह कीती फिरना मैं तेनु पुत्रा तरह समझना पुत्रा तरह क्यों समझना है मेनू पोत्र ही समझ लांतिया मेरे एक पोत्र है ते बस वही है चाचा फलक शेरा असि तेरियां गल्लां च कोई नहीं आना मैं चुप करके खलोतियां तेना फायदा ना चुक पिया हिस्सा दे ने मैं पूरे मल्ले नु इकट्ठा कर ले हिस्सा शुक्रिया मेनू लगदा है ओ डीएनए टेस्ट करावना पौसी हां ओ कुछ बकवास सोच समझ के कर लिया कर की कीती जाना बकवास मैं बड़ा सोच समझ के कीती खड़ोता मैं बेवकूफ नहीं हां चल मेरे नाल तो थड़ी एने टेस्ट करवा हां टेस्ट कराओ उस्ताद जी ते टेस्ट आज फलक शेर ही आवणा ओए ऐस हिसाब नाल ना तेरी मां नु भी मैं खर्चा देना ते मुड़ों दा भी डीएनए कराना पैना ओ मैं केड़ा जमीन च हिस्सा मांग लिया मैं ते गल दी गल नहीं कीती है ओ चगाला चौधरी साहब ऐसे लंडड़ी दी मजाक कर देन तू चुप कर बीमार कीड़े आ ओ मेरी गल सुन ले फलक शेरा गल सीधी सीधी तरह मान ले मेरे नाल डीएनए करा ले या मेरा हिस्सा दे दे अब्बा कोई रोला है तो दस चेक किदे एवें अस्पतालां जांदे वसाए आपा तो गंदे हो इंसान ओ यार एवें पानी च मथाणी पाई खला पानी च मथाणी नहीं मैं पाई खलोता गल है तो मैं आया खलोता कोई गल भी नहीं तू इस दफा हो जा बस एवें दफा हो जा मैं तो हुण हिस्सा लेके जाना क्यों शुक्रिया इवें गल लगी ता फलक शेरा हिस्सा देने में बंदे नु इकट्ठा करनी है एवें तू बंदे नु इकट्ठा करनी है बोए मेरी है तो बस मेरी है एवें तेरी है कि मेरा साईं दा हिस्सा की देगा तेरे प्यो ने नकाह कीता मेरी सास नाल है साथ जी तुम्हारी इजाजत हो तो मुझे ऐलान करावा ना कि फलक शेर पोत्र दा हिस्सा नहीं देंदा पिया वेरी गुड ऐलान करा ता इना मनना है मैं तेरी हड्डी पसली एक कर देसा कोई बकवास कीती ता तो मोर हिस्सा दे हां रमजी भूतना सही आखदा पिया या मस्जिद ते ऐलान करवावे ते या फिर जड़ा चौधरी अपन जमीन देवे बिल्कुल ठीक है जा भूतना ऐलान करवा दे मैं सद जाते आप ऐलान करेना ओए इधर आ ऐलान करवाइना है तू ओए गल सुन काका चल तेरी मां कोल चलने हैं ते ओथे बैठ गल करने चलो मां कोल जाके गल कर लो अगर करो मैं ते इस गल तो नहीं बचदा अम्मा हां जेडे रमजी नु गए नु ना इतनी देर हो गई ना मेनू तो लगदा कोई रोला पै गया है उठी कोई गल नहीं मेरी दी चौधरी फलक शेर को लित्तर खा के उसी हाय नहीं अम्मा चौधरी फलक शेर ते भरा ते है आ रहे ने सारे ही नहीं जट्टी मेरी दी खैर होवे अल्लाह जाने अम्मा चौधरी
ਨਾ ਮੇਰੀ ਮਾਂ ਖਲੋਤੀ ਤੇ ਗੱਲ ਸਿੱਧੀ ਕਰ ਜਿਹੜੀ ਵੀ ਹੈ ਕੀ ਹੋਇਆ ਬਲਕਸ਼ੇਰਾ ਸਾਬਰਾ ਤੁਹਾਡੇ ਨਾਲ ਰੱਬ ਤਰਸੀ ਕਰਨ ਦਾ ਮੈਨੂੰ ਆਸਲਾ ਮਿਲਿਆ ਵੀ ਆ ਮੇਰੇ ਤੇ ਇਲਜ਼ਾਮ ਲਾਇਆ ਖਲਾਂ ਦਾ ਤੂੰ ਮੇਰਾ ਪਿਓ ਹੈ ਇਹ ਚੌਧਰੀ ਬਲਕਸ਼ੇਰਾ ਕੁੱਤਾ ਹੈ ਤੇ ਕੁੱਤੇ ਦੀ ਗੱਲ ਤੇ ਨਾ ਕਰ ਕਰ ਤੇ ਕੁੱਤੇ ਨੂੰ ਪਟਾ ਪਾ ਕੇ ਰੱਖੋ ਹਵੇ ਬੈ ਘਰ ਤੇ ਕੀ ਆਖਿਆ ਤੂੰ ਉਹ ਮੈਂ ਉਹ ਗੱਲ ਕੀਤੀ ਹੈ ਜਿਹੜੀ ਇੱਥੇ ਤੇਰੇ ਨਾਲ ਕੀਤੀ ਹੈ ਤੌਰ ਮੈਂ ਸੱਚਾ ਆਦੀ ਗੱਲ ਤੇ ਔਰ ਅਟਲ ਕਾਇਮ ਆ सारी जमीन मैं रखा बिरा हिस्सा दे रमजी नू भी चोरी साहब फिर मेरी मां नूं भैन आखदे हो तुसीं क्यों नहीं सद्दे पै साबरा इस उस जान ते ए मेरी भैन है हुण राजी है चलो ठीक है तू मेरी मां दा बिरा सही ते मेरा मामा जा लगे हां ए रिश्ता मेनू कबूल है इस हिसाब ना मैं तेरा मामा अच्छा जे तू मेरा मामा है तो मोर मेरी नानकी डेरी दे ओ तेरा बेड़ा गरक होवे हुण मरे हां साजी मिरासी पोतरा ते किसे गोर ते डठा हैं हां ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।